हाँ जी दोस्तों, विश्वकर्मा दड़बा यूट्यूब चैनल में तुहाडा स्वागत है। दोस्तों अज असीं पहुंचे हुए हैं सोल एग्रो इंडस्ट्रीज संगरूर रोड ਧਰੋਲਾ ਜੀ ਤੇ। ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ। ਅੱਜ ਤੁਹਾਨੂੰ ਦਿਖਾਵਾਂਗੇ ਜੀ ਸੋਲ ਵਾਲਿਆਂ ਦੇ ਕਰਚਾ ਰੀਪਰ, ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਕਰਚਾ ਰੀਪਰ ਤਿਆਰ ਕੀਤੇ ਗਏ ਨੇ ਵੱਖੋ ਵੱਖਰੇ ਕਲਰਾਂ ਵਿੱਚ। ਤੇ ਦੋਸਤੋ ਇਹਨਾਂ ਦੀ ਪੂਰੀ ਜਾਣਕਾਰੀ ਦੇਣ ਲਈ ਕੀ ਖਾਸ ਹੈ ਇਹਦੇ ਵਿੱਚ ਆਪਣੇ ਨਾਲਲੇ ਕੰਪਨੀ ਦੇ ਐਮਡੀ ਸਰ ਜੋ ਆਪਾਂ ਨੂੰ ਕਰਚਾ ਰੀਪਰ ਬਾਰੇ ਜਾਣਕਾਰੀ ਦੇਣਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ ਜੀ? ਹਰਦੀਪ ਸਿੰਘ ਜੀ। ਹਰਦੀਪ ਸਿੰਘ ਜੀ, ਦਿਓਗੇ ਜਾਣਕਾਰੀ ਜਿਹੜਾ ਕਰਚਾ ਰੀਪਰ ਮੈਂ ਇਹ ਦੇਖ ਰਿਹਾ ਤੇ ਇਹਦੇ ਬਾਰੇ ਜਾਣਕਾਰੀ ਦਿਓਗੇ ਪਹਿਲਾਂ ਤਾਂ ਜੀ ਇਹਦੇ 'ਚ ਕੀ ਫਰਕ ਹੈ ਹੋਰਾਂ ਦੇ ਨਾਲੋਂ? ਹਾਂਜੀ ਹਾਂਜੀ, ਇਹ ਜਿਹੜਾ ਪਹਿਲਾਂ ਆਮ ਜਿਵੇਂ ਬਣ ਰਿਹਾ ਸੀ ਪਹਿਲਾਂ ਕਰਚਾ ਰੀਪਰ ਉਸ ਤਰ੍ਹਾਂ ਦਾ ਇਹ, ਹਾਂਜੀ ਜਿਵੇਂ ਛੋਟੇ ਗੇਅਰ ਦੇ ਵਿੱਚ ਬਣ ਰਿਹਾ ਸੀਗਾ ਉਸ ਤਰ੍ਹਾਂ ਦਾ। ਇਹਦੇ ਵਿੱਚ ਦਾਤੀ ਆ ਜੋ ਆਹ, ਹਾਂਜੀ ਆਹ ਵਾਲੀ ਚੀਜ਼ ਆ, ਇਹ ਬੁੱਤ ਲਾਇਆ ਗਿਆ ਹੈ। ਠੀਕ ਹੈ ਜੀ। ਇਹਦੇ ਵਿੱਚ ਢਿੱਲ ਨਹੀਂ ਪਊ ਕਦੇ ਵੀ ਦਾਤੀ ਦੇ ਵਿੱਚ। ਠੀਕ ਹੈ ਜੀ, ਮਤਲਬ ਆਪ ਇਹਦੇ ਵਿੱਚ ਢਿੱਲ ਵਾਈਬ੍ਰੇਸ਼ਨ ਹੀ ਕਰਦਾ ਕਿਸੇ ਲੋਕ। ਹਾਂਜੀ ਹਾਂਜੀ, ਵਾਈਬ੍ਰੇਸ਼ਨ ਹੀ ਕਰਦਾ, ਕਦੇ ਵੀ ਨਹੀਂ ਕਰੂਗਾ, ਕਦੇ ਵੀ ਨਹੀਂ ਕਰੂਗਾ ਜੀ, ਕਦੇ ਵੀ ਨਹੀਂ ਕਰੂਗਾ ਵਾਈਬ੍ਰੇਸ਼ਨ। ਤੇ ਸਰ ਉਸ ਤੋਂ ਬਾਅਦ ਮੈਂ ਪੁੱਛਣਾ ਚਾਹੂੰਗਾ ਵੀ ਇਹ ਪੱਤੀ ਲੱਗੀ ਹੋਈ ਆ, ਇਹ ਦੋਵੇਂ ਪਾਸੇ ਇਹਨਾਂ ਦਾ ਕੀ ਕੰਮ ਹੁੰਦਾ ਜੀ? ਇਹਦੇ ਵਿੱਚ ਬਲੇਡ ਕਸਾਇਆ ਜਾਂਦਾ ਉਹਨੇ, ਕਿਦਰ ਬਲੇਡ ਉਹ ਨਾ ਹੋਵੇ ਜੀ? ਹਾਂਜੀ ਹਾਂਜੀ, ਪੂਰਾ ਟਾਈਟ ਹੋ ਜਾਂਦਾ ਕੰਮ, ਹੋ ਜਾਂਦਾ ਪੂਰਾ। ਠੀਕ ਹੈ ਜੀ, ਬੋਲਟ ਲੱਗ ਜਾਂਦੇ ਨੇ ਇਹਦੇ। ਤੇ ਸਰ ਇਹਦੇ ਵਿੱਚ ਗੱਲ ਕਰੀ ਦੀ ਬਾਡੀ ਦੀ ਤਾਂ ਕਿੰਨੇ ਐਮ ਐਮ ਦੀ ਬਾਡੀ ਯੂਜ਼ ਕੀਤੀ ਜਾਂਦੀ ਹੈ ਸਾਈਡ ਦੀ? ਜਿਹਦੇ ਵਿੱਚ ਜਿਵੇਂ ਸਾਈਡ ਦੀ ਆਹ ਬਾਡੀ ਆ, 3.5 ਐਮ ਐਮ ਦੀ ਪਲੇਟ ਲਗਾਈ ਜਾਂਦੀ ਆ ਸਾਈਡ ਵਾਲੇ ਪੱਲੇ। ਠੀਕ ਹੈ ਜੀ। ਇਹ ਪਹਿਲਾਂ ਘਸਦੇ ਹਨ ਸਭ ਤੋਂ, ਇਹ ਵਾਲੀ ਚਾਦਰ ਨਹੀਂ ਘਸਦੀ ਸਭ ਪਹਿਲਾਂ। ਠੀਕ ਹੈ ਜੀ, ਸਭ ਤੋਂ ਪਹਿਲਾਂ ਇਹ ਵਾਲੇ ਘਸਦੇ ਹਨ ਪੱਲੇ। ਠੀਕ ਹੈ। ਤੇ ਸਰ ਉਸ ਤੋਂ ਬਾਅਦ ਮੈਂ ਗੇਅਰ ਦੇਖ ਰਿਹਾ ਸੀ ਇਹਦਾ ਜੀ, ਇਹਦਾ ਗੇਅਰ ਲੱਗਿਆ ਹੋਇਆ ਹੈ ਤੇ ਏਦਾਂ ਦਾ ਗੇਅਰ ਮੈਂ ਕਦੇ ਨਹੀਂ ਦੇਖਿਆ ਜੀ, ਜਿਹੜਾ ਗੇਅਰ ਲੱਗਿਆ ਹੋਇਆ ਇਹਦੇ ਬਾਰੇ ਜਾਣਕਾਰੀ ਦਿਓਗੇ ਜੀ? ਇਹ ਗੇਅਰ ਸਟੀਲ ਗੇਅਰ ਹੈ ਇਹਦੇ ਵਿੱਚ, ਜੋ ਥੱਲੜੀ ਸਾਫਟ ਹੈ ਇਹਦੀ 11 ਨੰਬਰ ਆ ਉਹ, ਤੇ ਅੱਗੇ ਵਾਲੀ 10 ਨੰਬਰ ਦੇ ਵਿੱਚ ਆ ਜਾਂਦੀ ਹੈ। ਠੀਕ ਹੈ ਜੀ। ਇਸ ਗੇਅਰ ਦੇ ਵਿੱਚ 6 ਲੀਟਰ ਤੇਲ ਪੈਂਦਾ, 6.5 ਲੀਟਰ ਤੇਲ ਪੈ ਜਾਂਦਾ ਤਕਰੀਬਨ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਆ ਜਾਏ ਇਹ ਵੱਡਾ ਹੈਵੀ ਵਾਲਾ ਤਿਆਰ ਕੀਤਾ ਗਿਆ ਹੈ, ਇਹਦੇ ਵਿੱਚ ਗੇਅਰ ਵੱਡਾ ਹੈ ਨਾ ਜੀ? ਇਹ ਗੇਅਰ ਹੈਵੀ ਵਾਲਾ ਜੀ। ਤੇ ਬਾਅਦ ਤੇ ਸਰ ਜਿਹੜਾ ਗੇਅਰ ਇਹ ਕਿੱਥੇ ਤਿਆਰ ਹੋ, ਮਤਲਬ ਇਹ ਕਿਵੇਂ? ਇਹ ਫੈਕਟਰੀ ਦੇ ਅੰਦਰ ਹੀ ਆਪਣੇ ਤਿਆਰ ਹੁੰਦਾ ਉਹ। ਅੱਛਾ ਜੀ। ਹਾਂਜੀ, ਇਹ ਥੱਲੜੀ ਜਿਹੜੀ ਸਾਫਟ ਹੈ ਇਹਦੀ ਉਹ 12 ਨੰਬਰ ਬੈਰਿੰਗ ਹੈ, ਮੋਟੀਆਂ ਸਾਫਟਾਂ ਨੇ ਇਹਦੀਆਂ, ਅੱਗੇ ਵਾਲੀ ਉਹ 11 ਨੰਬਰ ਆ। ਠੀਕ ਹੈ ਜੀ। ਤੇ ਬਾਕੀ ਸਾਰਾ ਮਟੀਰੀਅਲ ਦਾ ਫਰਕ ਹੈ, ਹੈਵੀ ਚਾਹੇ ਰੀਪਰ ਸਾਰਾ ਉਸ ਤੋਂ ਬਚ ਜਾਂਦਾ ਫਰਕ। ਇਹਦਾ ਵੇਟ ਹੋ ਜਾਊਗਾ 3 ਕੁਇੰਟਲ 60-65 ਕਿਲੋ ਹੋ ਜਾਊਗਾ ਇਹਦਾ ਵੇਟ। ਤੇ ਸਾਰਾ ਦੋਵੇਂ ਪਾਸੇ ਤੇ ਚਾਰ ਲੱਗੇ ਨੇ ਪੀਟਲ ਤੇ ਹੋਈਆਂ ਨੇ ਕਿ ਇਹਦੇ ਨਾਲ ਦੋਵੇਂ ਪੀਟੀਓ ਮਿਲਦੀ ਹੈ ਕਿ ਇੱਕ ਮਿਲਦੀ ਹੈ ਜੀ, ਕਿਵੇਂ ਹੈ ਇਹ? ਇੱਕ ਰੀਪਰ ਦੇ ਲੱਗ ਜਾਂਦੀ ਹੈ ਪੀਟੀਓ। ਅੱਛਾ ਜੀ, ਇੱਕ ਟਰੈਕਟਰ ਲੱਗ ਜਾਂਦੀ ਹੈ ਜੀ, ਅਟੈਚਮੈਂਟ ਹੋ ਗਈ ਸਾਰੀ ਜੀ। ਤੇ ਆ ਇਹਦਾ ਕੰਮ ਕੀ ਹੋਇਆ ਜੀ? ਟੂਲ ਆ, ਟੂਲ ਵਾਗ ਸਹੀ ਟੂਲ ਪਾਉਣ ਲਈ। ਅੱਛਾ ਜੀ, ਟੁੱਕਾ ਵਗੈਰਾ ਪਾਉਣ ਲਈ ਟੂਲ ਆ। ਤੇ ਮਤਲਬ ਕਿਸਾਨ ਵੀਰ ਇੱਥੇ ਸਮਾਨ ਵਗੈਰਾ ਰੱਖ ਸਕਦਾ ਜੀ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਤੇ ਸਰ ਜੀ, ਕਿਸਾਨ ਵੀਰ ਨੇ ਆਪਣਾ ਕਰਚਾ ਰੀਪਰ ਲੈਣਾ ਹੋਵੇ ਤਾਂ ਕਿਸ ਤਰ੍ਹਾਂ ਲੈ ਸਕਦਾ ਜੀ ਉਹ? ਆਪਣੇ YouTube ਦੇ ਉੱਤੇ ਕੰਟੈਕਟ ਨੰਬਰ ਆ ਤੇ ਫੋਨ ਕਰਕੇ ਪੁੱਛ ਸਕਦਾ। ਠੀਕ ਹੈ ਜੀ। ਹਾਂਜੀ। ਤੇ ਸਰ ਵੈਸੇ ਤੁਹਾਡਾ ਕੰਟੈਕਟ ਨੰਬਰ ਵੀ ਦੇ ਸਕਦੇ ਕਿਸਾਨ ਵੀਰਾਂ ਨੂੰ, ਉਹ ਨੋਟ ਵੀ ਕਰ ਲੈਣਗੇ ਜੀ। ਕੀ ਨੰਬਰ ਹੈ ਜੀ? 94630-7631-39-743-39-430। ਠੀਕ ਹੈ ਜੀ। ਲਓ ਜੀ ਦੋਸਤੋ, ਤੁਹਾਨੂੰ ਥੋੜ੍ਹੀ ਝਲਕ ਮੈਂ ਫੈਕਟਰੀ ਦਿਖਾਉਣਾ ਵੀ ਕਿੱਦਾਂ ਕਰਚਾ ਰੀਪਰ ਤਿਆਰ ਕੀਤੇ ਜਾਂਦੇ ਨੇ। ਤੇ ਅੱਜ ਦੋਸਤੋ ਹੁਣ ਵੀਡੀਓ ਦੇਖਦੇ ਹਾਂ ਅੰਦਰ। Close till I get up, time is barely on our side. I don't wanna waste what's left. The storms we chase are leading us, and love is all we'll ever trust. Yeah, no, I don't wanna waste what's left. And on we'll go, through the wastelands, through the highways, till my shadow turns to sun rays. And I